ਦੇਖਦੇ ਹੀ ਦੇਖਦੇ ਡਿੱਗ ਗਿਆ ਵੱਡਾ ਸਾਰਾ ਪਹਾੜ, ਮੱਚ ਗਿਆ ਚੀਕ ਚਿਹਾੜਾ, ਰਸਤੇ ਵੀ ਹੋ ਗਏ ਬੰਦ। ਬਰਸਾਤ ਦੇ ਮੌਸਮ ਦੇ ਵਿੱਚ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸਦੇ ਕਰਕੇ ਇੱਕ ਪਹਾੜ ਦਾ ਜਿਹੜਾ ਕਾਫੀ ਵੱਡਾ ਹਿੱਸਾ ਹੈ ਅਚਾਨਕ ਰਿੜ ਕੇ ਨੀਚੇ ਆ ਜਾਂਦਾ ਹੈ, ਟੁੱਟ ਕੇ ਪੂਰਾ ਪਹਾੜ ਹੈ ਜਿਹੜਾ ਨੀਚੇ ਡਿੱਗ ਪੈਂਦਾ ਹੈ, ਤਾਂ ਜਿਸਦੇ ਕਾਰਨ ਰਸਤੇ ਨੇ ਜਿਹੜੇ ਬਲੌਕ ਹੋ ਗਏ ਨੇ। ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪਹਾੜ ਹੈ ਦੇਖਦੇ ਹੀ ਦੇਖਦੇ ਡਿੱਗ ਗਿਆ। ਇੱਕ ਵਿਅਕਤੀ ਦੇ ਵੱਲੋਂ ਇਸਦੀ ਵੀਡੀਓ ਬਣਾ ਲਈ ਜਾਂਦੀ ਹੈ, ਤਾਂ ਦੱਸ ਦਈਏ ਕਿ ਇਹ ਵੀਡੀਓ ਕਿਸ਼ਤਾਵਾੜ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਜੰਮੂ ਕਸ਼ਮੀਰ ਦੇ ਕਿਸ਼ਤਾਵਾੜ ਦੇ ਵਿੱਚ ਇੱਕ ਵੱਡਾ ਪਹਾੜ ਹੈ ਜਿਹੜਾ ਅਚਾਨਕ ਡਿੱਗ ਜਾਂਦਾ ਹੈ, ਜਿਸਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਮੇਨ ਜਿਹੜਾ ਇਹ ਰਸਤਾ ਸੀ ਉਹ ਬਲੌਕ ਹੋ ਗਿਆ, ਜਿਸਦੇ ਕਾਰਨ ਕਈ ਪਿੰਡਾਂ ਦੇ ਨਾਲ ਇਸ ਰਸਤੇ ਦੇ ਲਾਗੇ ਚਾਗੇ ਰਹਿਣ ਵਾਲੇ ਲੋਕਾਂ ਦਾ ਸੰਪਰਕ ਟੁੱਟ ਗਿਆ। ਹਾਲਾਂਕਿ ਮੌਕੇ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਰਸਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤਸਵੀਰਾਂ ਕਿੰਨੀਆਂ ਖੌਫਨਾਕ ਨੇ, ਜੋ ਉਸ ਟਾਈਮ ਉੱਥੇ ਕੋਈ ਇਨਸਾਨ ਜਾ ਰਿਹਾ ਹੁੰਦਾ ਜਾਂ ਕੋਈ ਵਾਹਨ ਲੰਘ ਰਿਹਾ ਹੁੰਦਾ ਤਾਂ ਉਸਦਾ ਕੀ ਹਾਲ ਹੋਣਾ ਸੀ। ਤਾਂ ਤਸਵੀਰਾਂ ਦੇ ਵਿੱਚੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਖਤਰਨਾਕ ਇਹ ਮੰਜਰ ਰਿਹਾ ਹੋਵੇਗਾ ਜਦੋਂ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ। ਤਾਂ ਹਾਲਾਂਕਿ ਇਸਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।